Hey guys, subscribe and press the bell icon to never miss a video from Gabru. Now you can download Gabru app for latest news and enjoy live TV. Link in description. ਇੱਕ ਤਰਫ ਜਿੱਥੇ ਸਾਡਾ ਪੁੱਤ ਜੱਟ ਦਾ ਦਿਲਜੀਤ ਦੋਸਾਂਝ ਸਾਨੂੰ ਆਪਣੇ ਬੀਟ ਸੌਂਗਸ ਦੇ ਨਾਲ ਇੰਪ੍ਰੈਸ ਕਰਨਾ ਕਦੇ ਵੀ ਨਹੀਂ ਛੱਡਦੇ, ਉੱਥੇ ਹੀ ਦੂਜੇ ਪਾਸੇ ਉਹ ਆਪਣੇ ਡਿਵੋਸ਼ਨਲ ਸੌਂਗਸ ਦੇ ਨਾਲ ਰੱਬ ਨੂੰ ਯਾਦ ਕਰਨਾ ਅਤੇ ਅਰਦਾਸ ਕਰਨਾ ਵੀ ਕਦੇ ਨਹੀਂ ਭੁੱਲਦੇ। ਅਤੇ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਜਲਦ ਹੀ ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਲਈ ਇੱਕ ਡਿਵੋਸ਼ਨਲ ਟਰੈਕ ਲੈ ਕੇ ਆ ਰਹੇ ਨੇ ਜਿਸ ਦਾ ਟਾਈਟਲ ਹੈ ਆਰ ਨਾਨਕ ਪਾਰ ਨਾਨਕ। ਅਤੇ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਦੇ ਨਾਲ ਇਸ ਸੌਂਗ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਹੈ ਅਤੇ ਉਹ ਅਸੀਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂਗੇ। ਬਟ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਗੱਭਰੂ ਟੀਵੀ ਨੇ ਆਪਣੀ ਮੋਬਾਈਲ ਐਪਲੀਕੇਸ਼ਨ ਅਤੇ ਪੰਜਾਬ ਦਾ ਪਹਿਲਾ ਪੋਕਿਟ ਟੀਵੀ ਗੱਭਰੂ ਐਪ ਨੂੰ ਲਾਂਚ ਕਰ ਦਿੱਤਾ ਹੈ। ਅਤੇ ਜੇ ਤੁਸੀਂ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਕੁਝ ਇੰਟਰਸਟਿੰਗ ਅਪਡੇਟਸ ਜਾਣਨਾ ਚਾਹੁੰਦੇ ਹੋ ਅਤੇ ਨਾਲ ਹੀ ਲਾਈਵ ਮਿਊਜ਼ਿਕ ਅਤੇ ਲਾਈਵ ਟੈਲੀਵਿਜ਼ਨ ਦੇਖਣਾ ਚਾਹੁੰਦੇ ਹੋ ਤਾਂ ਡਾਊਨਲੋਡ ਅਤੇ ਇੰਸਟਾਲ ਕਰੋ ਸਾਡੀ ਗੱਭਰੂ ਐਪ ਨੂੰ ਆਪਣੇ ਮੋਬਾਈਲ ਫੋਨਸ ਦੇ ਵਿੱਚ। ਅਤੇ ਹੁਣ ਜੇ ਅਸੀਂ ਇਸ ਸੌਂਗ ਦੇ ਕ੍ਰੈਡਿਟਸ ਦੀ ਗੱਲ ਕਰੀਏ ਤਾਂ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸੌਂਗ ਨੂੰ ਲਿਖਿਆ ਹੈ ਹਰਮਨਜੀਤ ਨੇ, ਮਿਊਜ਼ਿਕ ਦਿੱਤਾ ਹੈ ਗੁਰਮੋਹ ਨੇ। ਇਹਦੇ ਨਾਲ ਹੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਸੌਂਗ ਦੀ ਵੀਡੀਓ ਡਾਇਰੈਕਟ ਕੀਤੀ ਹੈ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਅਤੇ ਆਰ ਨਾਨਕ ਪਾਰ ਨਾਨਕ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਜੈਂਟ ਕਰਨਗੇ ਦੋਸਾਂਝਾ ਵਾਲਾ ਪ੍ਰੋਡਕਸ਼ਨਜ਼ ਐਂਡ ਵਾਈਟ ਹਿੱਲ ਮਿਊਜ਼ਿਕ। ਅਤੇ ਹੁਣ ਤੁਸੀਂ ਚੈੱਕ ਕਰੋ ਇਸ ਸੌਂਗ ਦਾ ਪੋਸਟਰ। ਵੈਲ, ਹੁਣ ਤੱਕ ਇਸ ਸੌਂਗ ਦੀ ਰਿਲੀਜ਼ ਡੇਟ ਤਾਂ ਨਹੀਂ ਅਨਾਊਂਸ ਕੀਤੀ ਗਈ ਹੈ, ਬਟ ਦਿਲਜੀਤ ਦਾ ਕਹਿਣਾ ਹੈ ਕਿ ਉਹ ਜਲਦ ਹੀ ਆਪਣੇ ਫੈਨਸ ਦੇ ਲਈ ਇਸ ਸੌਂਗ ਨੂੰ ਨਵੰਬਰ ਦੇ ਮੰਥ ਦੇ ਵਿੱਚ ਰਿਲੀਜ਼ ਕਰ ਦੇਣਗੇ। ਅਤੇ ਇਹਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਅਪਕਮਿੰਗ ਪ੍ਰੋਜੈਕਟਸ ਦੀ ਤਾਂ ਇਸ ਵੇਲੇ ਦਿਲਜੀਤ ਦੋਸਾਂਝ ਸ਼ੂਟ ਕਰ ਰਹੇ ਨੇ ਆਪਣੀ ਅਪਕਮਿੰਗ ਮੂਵੀ ਵਿਦ ਨੀਰੂ ਬਾਜਵਾ ਐਂਡ ਸੋਨਮ ਬਾਜਵਾ ਜਿਸ ਦਾ ਟਾਈਟਲ ਹੈ ਛੜਾ। ਅਤੇ ਇਸੇ ਫਿਲਮ ਦੇ ਸ਼ੂਟ ਦੇ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਫੈਨਸ ਦੇ ਲਈ ਇੱਕ ਹੋਰ ਇੰਟਰਸਟਿੰਗ ਅਪਡੇਟ ਦਿੱਤੀ ਹੈ ਅਤੇ ਉਹ ਇਹ ਹੈ ਕਿ ਦਿਲਜੀਤ ਦੋਸਾਂਝ ਜਿੰਦ ਮਾਹੀ ਜਿਹੇ ਰੋਮਾਂਟਿਕ ਸੌਂਗ ਤੋਂ ਬਾਅਦ ਆਪਣੇ ਫੈਨਸ ਦੇ ਲਈ ਰਿਲੀਜ਼ ਕਰਨਗੇ ਇੱਕ ਬੀਟ ਨੰਬਰ। ਜੀ ਹਾਂ, ਅਤੇ ਇਹ ਬੀਟ ਨੰਬਰ ਰਿਲੀਜ਼ ਹੋਵੇਗਾ ਦਸੰਬਰ ਦੇ ਫਸਟ ਜਾਂ ਸੈਕਿੰਡ ਵੀਕ ਦੇ ਦੌਰਾਨ। ਹੁਣ ਇਹਨਾਂ ਸਭ ਕੁਝ ਜਾਣਨ ਤੋਂ ਬਾਅਦ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੇ ਐਕਸਾਈਟਿਡ ਹੋ ਦਿਲਜੀਤ ਦੋਸਾਂਝ ਦੇ ਇਹਨਾਂ ਅਪਕਮਿੰਗ ਪ੍ਰੋਜੈਕਟਸ ਦੇ ਲਈ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਇੰਟਰਸਟਿੰਗ ਅਪਡੇਟਸ ਨੂੰ ਜਾਣਨ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫੋਰ ਨੋਟੀਫਿਕੇਸ਼ਨਸ। ਅਤੇ ਜੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਹੈ ਸਾਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਸਾਰੇ ਹੀ ਐਪਲ ਯੂਜ਼ਰਸ ਥੱਲੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਗੱਭਰੂ ਦੀ ਐਪ ਨੂੰ ਜ਼ਰੂਰ ਇੰਸਟਾਲ ਕਰਿਓ। ਸਤਿ ਸ਼੍ਰੀ ਅਕਾਲ, ਮੈਂ ਬਾਦਸ਼ਾਹ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ, ਮੈਂ ਤੁਹਾਡੀ ਆਪਣੀ ਨੀਰੂ ਬਾਜਵਾ ਜੀ, ਮੈਂ ਤੁਹਾਡਾ ਆਪਣਾ ਅਮ੍ਰਿਤ ਮਾਨ। ਤੇ ਇੱਕ ਬਹੁਤ ਇੰਪੋਰਟੈਂਟ ਸੂਚਨਾ ਤੁਹਾਡੇ ਸਾਰਿਆਂ ਲਈ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪੋਕਿਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ ਗੱਭਰੂ, ਗੱਭਰੂ ਐਪ। ਤੁਸੀਂ ਸਾਰੇ ਜਾਣੇ ਹੁਣੇ ਇੰਸਟਾਲ ਕਰੋ ਗੱਭਰੂ ਐਪ। ਇਹ ਐਂਡਰੋਇਡ ਦੇ ਲਈ ਵੀ ਹੈ ਤੇ iOS ਦੇ ਲਈ ਵੀ ਹੈ, ਤੁਸੀਂ ਇਹਨੂੰ ਡਾਊਨਲੋਡ ਕਰੋ। ਉਹ ਕਰ ਲਓ ਡਾਊਨਲੋਡ, ਬੜੀ ਮਿਹਰਬਾਨੀ ਹੋ ਤੁਹਾਡੀ। ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ। ਤੁਸੀਂ ਦੇਖ ਰਹੇ ਹੋ ਗੱਭਰੂ ਟੀਵੀ, ਪੰਜਾਬੀਆਂ ਦਾ ਦੇਸੀ ਪੰਚ, ਦੇਸੀ ਪੰਚ, ਦੇਸੀ ਪੰਚ, ਦੇਸੀ ਪੰਚ, ਦੇਸੀ ਪੰਚ, ਦੇਸੀ ਪੰਚ।